ਤੇ ਆਪਾਂ ਹੁਣ ਆਏ ਸੀ ਕੱਦੂ ਕੱਦੂ ਕਰਕੇ ਕਰੋ ਟਰੈਕਟਰ ਚੈੱਕ ਗੰਦਾ ਇੰਨਾ ਵੀ ਨਹੀਂ ਹੋਇਆ ਕੱਲ ਮੀਂਹ 'ਚ ਖੜਾ ਸੀ ਇਹ ਪਹਿਲਾਂ ਤਾਂ ਵੱਧ ਗੰਦਾ ਸੀਗਾ ਤਾਂ ਸਾਫ਼ ਹੋ ਗਿਆ ਥੋੜ੍ਹਾ ਮੋਟਾ ਇਹ ਆਪਣੇ ਸਿਸਟਮ 'ਚ ਦੋ ਆਹ ਓਵਲ ਨੇ ਇੱਕ ਇੱਧਰ ਇੱਕ ਇੱਧਰ ਅਤੇ ਦੋ ਬੂਫਰ ਨੇ ਜੀ ਵੀ ਐੱਲ ਦੇ 1362 ਦੇ ਕਿਸੇ ਦਿਨ ਵੱਜਦੇ ਵੀ ਸੁਣਾਵਾਂਗੇ ਫਿਰ ਅਤੇ ਚਲੋ ਆਪਾਂ ਚੱਲਦੇ ਅੰਦਰ ਅਤੇ ਚਾਹ ਚੂਹ ਪੀਂਦੇ ਹਾਂ ਅਤੇ ਸ਼ਾਮ ਨੂੰ ਫਿਰ ਚੱਲਦੇ ਹਾਂ ਕੱਦੂ ਕਰਨ ਚੱਲੇ ਸੀਗੇ ਬੈਲ ਕਸਣੇ ਅਤੇ ਇੱਕ ਤਾਂ ਹੈਗਾ ਅਤੇ ਦੂਜਾ ਖੋਲ੍ਹਤਾ ਸੀ ਫਿਰ ਹੋਰ ਲਿਆਉਣ ਔਖਾ ਕਰਦਾ ਹੁੰਦਾ ਐਵੇਂ ਅਤੇ ਇਹਨੂੰ ਵੀ ਕਰਦੇ ਹਾਂ ਅਤੇ ਚੱਲਾਂਗੇ ਰਾਤ ਦੇ 12:30 ਇੱਕ ਵਜੇ ਚੱਲਾਂਗੇ ਰਾਤ ਦੇ ਕੱਦੂ ਕਰਨ ਅਤੇ ਆਈ ਦੀ ਚੌਕ ਜਿੰਨਾ ਟਾਈਮ ਹੀ ਨਹੀਂ ਛੱਡਦੇ ਤੁਹਾਨੂੰ ਕੋਈ ਸਿਸਟਮ ਦਿਖਾਉਣਾ ਅੱਜ ਇਹਦਾ ਦੇਖਿਓ ਸਟਾਰਟ ਹੋਣ ਤੋਂ ਪਹਿਲਾਂ ਵੀ ਬੈਡ ਵੀ ਕਰਤਾ ਇਹਦਾ ਥਾਲੀਆਂ ਵੀ ਪਾਤੀਆਂ ਇਹਦੇ ਮਗਰ ਅਤੇ ਜਾਵਾਂਗੇ ਰਾਤ ਨੂੰ ਹੁਣ ਆਹ ਤਾਂ ਤਿਆਰ ਆ ਦੋਵੇਂ ਖਿੱਚ ਲੈਂਦੇ ਨੇ ਰਾਤ ਨੂੰ 7-8 ਕਿੱਲੇ ਇਕੱਠੀ ਕਰ ਦਿੰਦੇ ਨੇ ਮੀਂਹ ਵੀ ਦੁੱਖ ਨਾਲ ਚੰਗਾ ਪਿਆ ਹੋਇਆ ਮਿਲਦੇ ਹਾਂ ਤੁਹਾਨੂੰ ਸਵੇਰੇ ਕੱਦੂ 'ਚ ਬਸ ਕੱਲ੍ਹ ਦੇ ਦਿਨ ਫਿਰ ਤਾਂ ਸਾਰਾ ਨਵੇੜਾ ਹੀ ਹੋ ਜਾਣਾ ਚੱਲਦੇ ਅੰਦਰ ਅਤੇ ਹਾਂਜੀ ਹੁਣ ਸਵੇਰ ਦੇ ਵੱਜ ਗਏ ਨੇ 6 ਰਾਤ ਆਪਾਂ ਕੱਦੂ ਕਰਾਏ ਸੀਗੇ 12 ਅਤੇ ਮੌਸਮ ਚੈੱਕ ਕਰੋ ਮਾੜਾ ਜਿਹਾ ਰਾਤ ਆਪਾਂ ਵੀ ਲੈ ਗਏ ਸੀਗੇ ਹੁਣ ਅੱਜ ਦੋਏ ਜਾਣਗੇ ਹੁਣ ਅਤੇ ਆਪਾਂ ਪੀਪੀ ਚੱਕਰੀ ਆ ਮਾੜੀ ਜਿਹੀ ਤੇਲ ਪਾਉਣ ਨੂੰ ਇਹ ਜਿਹੜੀ ਤੇਲ ਆ ਇਹਨੂੰ ਵੀ ਕੱਢਦੇ ਹਾਂ ਦੂਜੇ ਨੂੰ ਵੀ ਕੱਢਦੇ ਰੁਕ ਜਿਹਾ ਤੇਲ ਕੱਢ ਕੇ ਮਿਲਦੇ ਹਾਂ ਅਤੇ ਹੁਣ ਆਪਾਂ ਚੱਲੇ ਸੀ ਕੱਦੂ ਕਰਨ ਅਤੇ ਆਪਾਂ ਪਹਿਲਾਂ ਪਿੰਨਾ ਭੁੱਲ ਗਏ ਦੂਜਾ ਟਰੈਕਟਰ ਤਾਂ ਲੈ ਗਏ ਦੇਖੋ ਅਤੇ ਉਹ ਭੁੱਲ ਗਏ ਪਿੰਨਾ ਹੁਣ ਕਹਿੰਦੇ ਪਿੰਨਾ ਚੱਕ ਲਿਆ ਅਤੇ ਪਿੰਨਾ ਵੀ ਚੱਕ ਲਈਆਂ ਨੇ ਆਪਾਂ ਅਤੇ ਚਲੋ ਚੱਲਦੇ ਰੋਜ਼ ਪਹਿਲਾਂ ਸਿਸਟਮ ਔਨ ਕਰ ਲਈਏ ਫਿਰ ਐਵੇਂ ਧੱਕ ਜੀ ਨਹੀਂ ਪੈਂਦੀ ਪਿੰਡ 'ਚ ਚੱਲ ਪਿਆ ਰੁਕੋ ਜੋ ਇੱਕ ਤਾਂ ਇਹਦੀ ਆਵਾਜ਼ 40 ਤਰਖਣੀ ਪੈਂਦੀ ਹੈ ਬਟਨ ਵੀ ਖਰਾਬ ਆ ਔਖੇ ਕੰਮ ਕਰਦੇ ਨੇ ਚੱਲ ਪਾ ਅਤੇ ਇਹਦੀ ਆਪਾਂ ਬੇਸ ਤਾਂ ਪੱਕੀ ਮਾਈਨਾ 'ਚ ਹੁੰਦੀ ਆ ਮਾਈਨਾ 'ਚ ਹੀ ਬਹੁਤ ਵੱਜਦੇ ਨੇ ਬਸ ਅਤੇ ਚਲੋ ਤੁਹਾਨੂੰ ਮਿਲਦੇ ਹਾਂ ਕੱਦੂ ਤੋਂ ਕੱਦੂ ਕੱਦੂ ਕਰਨ 'ਚ ਮਿਲਦੇ ਹਾਂ ਤੁਹਾਨੂੰ ਰਾਹ 'ਚ ਅਤੇ ਕਰ ਲਈਏ ਟਰੈਕਟਰ ਸਟਾਰਟ ਐਂਪਲ ਹੋ ਚ ਕੱਟ ਦੀ ਇੱਕ ਮਿੰਟ ਹਾਂ ਨਹੀਂ ਸਾਰੀ ਬੈਂਟਰੀ ਖਿੱਚੀ ਜਾਂਦਾ ਐਂਪ ਸਟਾਰਟ ਔਖਾ ਹੁੰਦਾ